पहले तो दसना मरियम नवाज कौन है। मरियम नवाज कौन है? मैं भी नहीं पता कौन है। की करान गई है? सर्जरी करवान। तेरे को पैसे ला गई। तेरे को पैसे हो तो तू भी इलाज करा ले अपना। खलोता तेरे को जाना नहीं। सारी तेरी बचपन दी गलतियां ने जिंदे बाद तेरे खलोता नहीं जा रहा। अस्सलाम वालेकुम नाज़रीन, मैं हूं मून मार्केट च आ गया तुहाडा खादम शीदा मेला। बकौल खुद चल के मून मार्केट आ गए। इत्थे तुहाडियां गल्लां करावांगे चंगे चंगे बंदियां नाल। देखते रहो साडा चैनल, हमसे जानो, चलाइयो मेरे नाल नाल। आजो आजो भज के। अस्सलाम वालेकुम नाज़रीन, मैं तुहाडी खिदमत च शीदा मेला। अज तुहाडे कोल नवीआं नवीआं गल्लां लै के आवांगा। मेरा भरा सोहणा खलोता है। दस भाई खलोते जा। कमेंट होश कर की होया। मैं हुण आया मून मार्केट। ओए मून मार्केट च राशी बहुत ही ओए सोहणे सोहणे लोग आए ने। अस्सलाम वालेकुम। वालेकुम सलाम। खलोत जा हाए। ओ भाई जान खलोते ही हैं, तुसी हिलदे पे हो। हेलो ही आ भी इमरान खान लगता आया जे दूजा। ओ भाई जान मेरा एक सवाल है तुहाडे नाल। बोलो जी बोलो। मरियम नवाज पहले तो कहते सी मैं पासपोर्ट ही नहीं लेना, पावे मैनू प्लेट च रख के दे दे। ओ यार मैं खलोते है, तू हिलना पे है। सीधी तरह खलो। मैं कह रहा कि मरियम नवाज कहती सी कि मैनू पावे पासपोर्ट प्लेट च भी रख के देन, मैं नहीं लेना। अच्छा हूँ पासपोर्ट भी ले लिया तो सर्जरी करवान लंदन चली गई है। ਇਹਦੇ ਬਾਰੇ ਚ ਦੱਸੋ। ਤੇ ਪਹਿਲੇ ਤਾਂ ਦੱਸਣਾ ਮਰੀਮ ਨਵਾਜ਼ ਕੌਣ ਹੈ। ਮਰੀਮ ਨਵਾਜ਼ ਕੌਣ ਹੈ? ਮੈਨੂੰ ਵੀ ਨਹੀਂ ਪਤਾ ਕੌਣ ਹੈ। ਯਾਦ ਆਇਆ ਹੋਏ, ਓਏ ਨਵਾਜ਼ ਸ਼ਰੀਫ ਦੀ ਧੀ ਹੂੰ। ਅੱਛਾ ਅੱਛਾ ਉਹ ਹੈਗੀ ਹੈ। ਹਾਂ ਕੀ ਕਰਾਉਣ ਗਈ ਹੈ? ਸਰਜਰੀ ਕਰਵਾਉਣ। ਤੇਰੇ ਕੋਲ ਪੈਸੇ ਲੈ ਗਈ? ਪਹਿਲੇ ਤਾਂ ਦੱਸਣਾ। ਉਹ ਮੇਰੇ ਕੋਲ ਤੇ ਨਸ਼ੇ ਕਰਨ ਵਾਸਤੇ ਪੈਸੇ ਨਹੀਂ ਹੈ। ਹਾਂ ਤੇ ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ। ਓ ਮੈਨੂੰ ਜੱਗ ਜਾਣਦਾ ਈ ਬੋਆੜੀ, ਤੇਰੇ ਕੋਲ ਜੱਗ ਜਾਣਦਾ ਤੈਨੂੰ। ਪੰਜ ਸੱਤ ਗਲਾਸ ਵੀ ਜਾਣਦੇ ਈ ਯਾਰ, ਮੈਨੂੰ ਦੱਸ ਉਹ ਸਰਜਰੀ ਕਰਵਾਉਣ ਗਈ ਹੈ ਵਾਕਈ ਕਰਵਾਉਣ ਗਈ ਹੈ? ਐ ਤੁਹਾਡੇ ਗਰੀਬਾਂ ਲੋਕਾਂ ਦੀ ਸੋਚ ਹੈ, ਤੁਹਾਡੇ ਕੋਲ ਪੈਸੇ ਨਹੀਂ, ਹੁਣ ਤੇਰੇ ਕੋਲ ਪੈਸੇ ਹੋਣ ਤਾਂ ਤੂੰ ਵੀ ਇਲਾਜ ਕਰਾ ਲੈ ਆਪਣਾ। ਖਲੋਤਾ ਤੇਰੇ ਕੋਲ ਜਾਂਦਾ ਨਹੀਂ ਯਾਰ। ਸਾਰੀ ਤੇਰੀ ਬਚਪਨ ਦੀਆਂ ਗਲਤੀਆਂ ਨੇ ਜਿੰਨੇ ਵਾਰ ਤੇਰੇ ਖਲੋਤਾ ਨਹੀਂ ਜਾ ਰਿਹਾ ਹੁਣ। ਠੀਕ ਹੈ ਇਹੀ ਦੇਖੋ ਪੈਸੇ ਹੁੰਦੇ ਤੇ ਤੂੰ ਵੀ ਲੰਦਨ ਜਾਂਦਾ, ਤੂੰ ਕਦੀ ਲੋੜ ਦੀ ਉਹ ਨਿਕਲਿਆ ਹੋਵੇ ਤੇ ਤੈਨੂੰ ਪਤਾ ਹੋਵੇ ਨਾ ਕਿ ਲੰਦਨ ਕਿੱਥੇ ਹੈਗਾ। ਹੈ ਮੈਨੂੰ ਪਤਾ ਲੰਦਨ ਕਿੱਥੇ ਹੈ। ਨਿਕਰ ਪਾਈ ਆ ਭਾਈ ਜਾਨ, ਅੱਖਾਂ ਦਾ ਇਲਾਜ ਕਰਾਓ ਜਾ ਕੇ। ਮੈਂ ਨਿਕਰ ਪਾਈ ਹੈ? ਉਧਰ ਕੈਮਰਾ ਹੀ ਇਧਰ ਉਧਰ ਵੇਖੀ ਆ ਨਾ, ਕੈਮਰੇ ਦਾ ਹੀ ਪਤਾ ਕਿੱਥੇ ਹੀ ਕੈਮਰੇ। ਮੈਨੂੰ ਪਤਾ ਭਾਈ ਜਾਨ ਕੀ ਕਰ ਲੈ, ਮੈਂ ਕੋਈ ਨਸ਼ਾ ਕੀਤਾ hey! ਯਾਰ ਮੈਂ ਜਿਹੜਾ ਸਵਾਲ ਕੀਤਾ ਉਹਦਾ ਜਵਾਬ ਦੇ। ਜਵਾਬ ਹੁੰਦਾ ਹੈਗਾ ਵੇ ਕਿ ਮਰੀਮ ਨਵਾਜ਼ ਆਪਣੇ ਪੈਸੇ 'ਤੇ ਗਈ ਹੈ, ਉਹਦਾ ਦਿਲ ਕਰਦਾ ਸਰਜਰੀ ਕਰਾਉਣ ਦਾ, ਉਹਨੇ ਕਰਾ ਲਈ। ਤੂੰ ਮਾਮਾ ਲੱਗਣਾ ਪੁੱਛਣ ਵਾਲਾ, ਪਹਿਲਾਂ ਤਾਂ ਮੈਨੂੰ ਐਦਾ ਤੈਨੂੰ ਕਿੰਨੇ ਹੱਕ ਦਿੱਤਾ ਤੂੰ ਪੁੱਛਣਾ ਪਿਆ। ਮੈਂ ਇੱਕ ਬੰਦਾ ਵਾਂ, ਰਿਪੋਰਟਰ ਆ ਮੈਂ, ਤੁਹਾਨੂੰ ਕੋਈ ਮਾਮੂਲੀ ਬੰਦਾ ਲੱਗਣਾ? ਕਿੰਨਾ ਬੰਦਾ ਤੂੰ ਜਿਹੜਾ ਪੁੱਛਣ ਵਾਲਾ ਆ ਗਿਆ? ਉਹਦੇ ਬੰਦੇ ਨੇ ਨਹੀਂ ਪੁੱਛਿਆ ਕਿ ਸਰਜਰੀ ਕਰਾਂਗੀ, ਤੂੰ ਮਾਮਾ ਲੱਗਣਾ। ਉਹਨਾਂ ਕੋਲ ਰੁਪਈਆ ਉਸ ਲੰਡਨ ਜਾਣ, ਅਮਰੀਕਾ ਜਾਣ, ਨਿਊਯਾਰਕ ਜਾਣ, ਤੈਨੂੰ ਲਾਹੌਰ ਬਾਹਰ ਕਿ ਮੈਂ ਘਰ ਨਹੀਂ ਆਪਣਾ ਬਣਨ ਦਿੰਦਾ ਕੋਈ। ਵੈਸੇ ਇੱਕ ਗੱਲ ਆਈ, ਇਹੋ ਜਿਹਾ ਮੂੰਹ ਪਤਾ ਕਦੋਂ ਬਣਦਾ? ਤੁਸੀਂ ਸੁਣਾ ਦਿਓ। ਇਹੋ ਜਿਹਾ ਮੂੰਹ ਉਦੋਂ ਬਣਦਾ ਜਦੋਂ ਦਰਵਾਜ਼ੇ 'ਚ ਹੱਥ ਆ ਜਾਵੇ, ਉਦੋਂ ਤਾਂ ਇਹੋ ਜਿਹਾ ਬਣਦਾ। ਲਓ ਜੀ ਭਾਈ, ਅਸੀਂ ਮੂਨ ਮਾਰਕੀਟ ਤੁਹਾਡੇ ਵਾਸਤੇ ਅੱਛੀਆਂ ਅੱਛੀਆਂ ਗੱਲਾਂ ਕੀਤੀਆਂ ਨੇ, ਇਹ ਭਾਈ ਜਾਨ ਨੇ ਕੋਈ ਗੱਲ ਦਾ ਜਵਾਬ ਨਹੀਂ ਦਿੱਤਾ। ਖਲੋਤਾ ਦੇ ਕੋਲ ਜਾਂਦਾ ਨਹੀਂ, ਅੱਛੀਆਂ ਗੱਲਾਂ ਤੂੰ ਕੀਤੀਆਂ, ਕਿਹੜੀਆਂ ਅੱਛੀਆਂ ਕੀਤੀਆਂ ਯਾਰ? ਖਲੋਤਾ ਓਏ ਸਿੱਧਾ ਯਾ ਮਾਮਾ ਡਿੱਗੀ ਜਾਂਦਾ। ਭਾਈ ਜਾਨ ਸਿੱਧਾ ਹੀ ਆ, ਕੀ ਗੱਲ ਹੈ ਤੁਸੀਂ ਹਿਲਦੇ ਪਏ ਹੋ? ਜੀ ਨਾਜ਼ਰੀਨ, ਤੁਸੀਂ ਪਿਛਲੇ ਬੰਦੇ ਦੀਆਂ ਅੱਛੀਆਂ ਅੱਛੀਆਂ ਗੱਲਾਂ ਸੁਣੀਆਂ, ਹੁਣ ਮੈਂ ਆਇਆ ਇੱਕ ਦੁਕਾਨ 'ਤੇ, ਕੱਪੜੇ ਦੀ ਦੁਕਾਨ ਹੈ ਮਾਸ਼ਾ ਅੱਲਾ, ਕੱਪੜੇ ਰੰਗ ਬਿਰੰਗੀ। ਮੈਂ ਕਿਹਾ ਮੈਂ ਅੱਜ ਜਲਦੀ ਜਲਦੀ ਮੂਨ ਮਾਰਕੀਟ ਜਾਵਾਂ,
जाके मैं अपने भरावां दे नाल गल्लां करां। असीं साहब मेरा एक सवाल है तुहाडे नाल। मरियम नवाज कहिंदी सी कि मैं पासपोर्ट भावें प्लेट च रख के देण, मैं नहीं लैणा। ਉਹ ਹੁਣ ਸਰਜਰੀ ਕਰਵਾਉਣ ਲੰਡਨ ਚਲੀ ਗਈ, ਇਹਦੇ ਬਾਰੇ ਜੀ ਕੀ ਕਹਿੰਦੇ ਹੋ? ਉਹ ਤਾਂ ਪਲੇਟ ਮੈਂ ਕਿਹਾ ਕਿ ਉਹ ਤਾਂ ਤਰਲੇ ਕੀਏ ਉਸਨੇ, ਉਸਦੇ ਤੋਂ 2 ਸਾਲ ਬਲਕਿ 4 ਸਾਲ ਉਸਨੇ ਤਰਲੇ ਕੀਏ ਕਿ ਮੈਨੂੰ ਕਬ ਪਾਸਪੋਰਟ ਮਿਲੇਗਾ ਔਰ ਕਬ ਮੈਂ ਜਾ ਕੇ ਅਬੂ ਕੇ ਪਾਸ ਪਹੁੰਚੂੰਗਾ। ਜੇ ਅਬੂ ਜੀ ਗਏ ਨਾ, ਵੈਸੇ ਉਹ ਵੀ ਚਲੇ ਗਏ ਵਾਪਸ ਆਉਣੇ ਕਾ, ਤੋ ਅਬੂ ਕਾ ਕਿਹਾ ਕਿ ਉਸਕਾ ਵੀ ਕੋਈ ਚੱਕਰ ਨਹੀਂ ਹੈ, ਵਾਪਸ ਆਉਣੇ ਕਾ ਤੋ ਚੱਕਰ ਹੀ ਖਤਮ ਹੋ ਗਿਆ। इस दिन के लिए क्या कुछ नहीं किए हैं, इस दिन के लिए तो उन्होंने जो है ना आवाम का खून पिए। महंगाई कहाँ से कहाँ तक पहुँच गया है। ये देखो 3-3 लाख रुपए किराए देते हैं, हम खाली हाथ बैठे हैं। 2-2 हज़ार रुपये टोटल सेल हो रहे हैं, ये एक पासपोर्ट के खातिर। उन्होंने जो कुछ कराना था वर्ल्ड बैंक ने, IMF ने, उन्होंने करा दिए। आगे जो है ना हमारा अल्लाह ही हफ्ज़ है। लेकिन भाई जान नून लीग को तो 4 महीने हो गए ने हुकूमत आई नू, पहले तो 4 साल इमरान खान ने हुकूमत की थी है, ये सारा नतीजा उदा नहीं? नहीं है, उसका 35 साल हुकूमत की है, उससे 4 साल में क्या हो क्या मसला बन गया? उन्होंने 35 साल का नचोड़ जो है ना ये 4 महीने में निकाल दिए। उसका 4 साल एक साइड पे करो, इसका 1 महीना दूसरे साइड पे रखो, इतना महंगाई हुआ है। उनका 4 साल एक साइड पे करो, इनका 4 माह एक साइड पे करो। मैं ये जानता हूँ कि मैं सीधा मैला जितों तक मैनू इन्फॉर्मेशन है, इमरान खान तो पहले नूर लीग ने हुकूमत संभाली, वो 18-18 घंटे बिजली जाती सी, दहशतगर्दी तुन के सी। मैं जिस जगह पे बैठा और मेरिया ना अखा नाल मैं वेख्या, 2 धमाके इत्थे होए ने। मैं अल्लाह माफी दे, मैं अपनी अखा नाल देखा बाजू किसी का उत्थे पिया, किसी की टोन उत्थे पई, अल्लाह माफी दे। और दहशतगर्दी किन्ने खत्म की थी? इमरान खान ने खत्म की। खान के दौर में कोई एक धमाका हुआ है? 4 साल खान साहब ने हुकूमत की है, 4 सालों में कोई एक बंदा भी बता दे कि कोई एक धमाका हुआ है या कोई एक डाका पड़ा है या कोई मुश्किल पड़ी है? कोई मुश्किल नहीं था। लेकिन आज 4 महीने में इन्होंने जो है ना इन्होंने तबाही करके रख दी है। सिर्फ अपने लिए 4 महीने से लड़ रहा है, ना डीजल बोल रहा है, ना पेट्रोल बोल रहा है, ना कोई और बोल रहा है, सारे खामोश बैठे। एक बंदे के सामने ये 14 जमातें खड़ी हैं, 14 जमातें, उसके बावजूद भी जो है ना इनसे कंट्रोल नहीं हो रहा है। शराय के मुताबिक इमरान खान के दौर च बड़ी करप्शन निकली हैं, फरा गोगी का केस निकल आया, फंड फंडिंग वाला केस निकल आया, और तो बड़े केस निकल आए ने। ये तो निकालेंगे, ये तो सच झूठ मिला के निकालेंगे, लेकिन हकीकत तो इसके साथ नहीं दे रहे। दुनिया जो है ना बड़े होशियार हो गए, लोग बड़े होशियार हो गए, लोग वो लोग नहीं रहे जो आज से 35 साल पहले ये लोग खाते रहे। ये जो है ना ये पागल बनाए थे आवाम से, पागल नहीं है, अब सारा कुछ समझ चुके हैं। अभी अगर ये हकीकत में ये सच है तो ये कल इलेक्शन कराए ना, दूध दूध पानी पानी हो जाएगा। ये क्यों इलेक्शन नहीं कराते? इसलिए नहीं कराते कि अपने मामले तो साफ करें ना, ये अपने मामले साफ करेगा तब जाके इलेक्शन होगा अगले साल, या आज इलेक्शन करें इसको पता चले कि इलेक्शन खान साहब क्या चीज़ है। जी नाजरीन, असगर साहब दियाँ तुम गल सुनिया, इन्हों का कहना है कि जो कुछ कर रही है नून लीग वाले कर रहे हैं, वो सर्जरी करवा गई है, करवावे सर्जरी, उन्हें नहीं आना वापस। और मेरे नाल एक रक्षा ड्राइवर साहब ने इन्हों को पूछने कि मरियम नवाज गई है तो क्यों गई है? आजो, अस्सलामु अलैकुम भाई जान। वालेकुम सलाम जी। भाई जान तुम्हारा नाम की है? मेरा नाम सादत अली है। साजद? सादत। सादत साहब मैनू एक गल तो दसो, मरियम नवाज पहले तो कहती सी मैनू
ਪਾਸਪੋਰਟ ਪਲੇਟ ਚ ਵੀ ਰੱਖ ਕੇ ਦੇਣਗੇ, ਮੈਂ ਨੀ ਉਹ ਲੈਣਾ। ਹੁਣ ਸਰਜਰੀ ਕਰਵਾਉਣ ਲੰਡਨ ਚਲੀ ਗਈ ਹੈ, ਪਾਸਪੋਰਟ ਫੜਿਆ ਤੇ ਜਿੱਥੋਂ ਤੱਕ ਨੱਠਣਦੀ ਕੀਤੀ ਹੈ। ਤੁਸੀਂ ਕੀ ਕਹਿੰਦੇ ਹੋ, ਸਰਜਰੀ ਕਰਵਾਉਣ ਗਈ ਹੈ? ਸਾਰੇ ਝੂਠੇ ਲੋਕ ਹੁੰਦੇ ਨੇ, ਇਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਕੋਈ ਨਹੀਂ ਹੁੰਦਾ ਕਿ ਮੈਂ ਪਹਿਲੀ ਕਿਹੜੀ ਗੱਲ ਕੀਤੀ ਤੇ ਹੁਣ ਕੀ ਕੀਤੀ ਹੈ। ਬੇਈਮਾਨ ਲੋਕ ਰਲੇ ਨੇ ਸਾਰੇ, ਪਾਕਿਸਤਾਨ ਨੂੰ ਲੁੱਟ ਕੇ ਖਾ ਗਏ ਨੇ। ਲੋਕਾਂ ਦੇ ਬੱਚਿਆਂ ਦੇ ਪੈਰਾਂ 'ਚ ਜੁੱਤੀਆਂ ਨਹੀਂ ਗਈਆਂ ਤੇ ਸਰਜਰੀਆਂ ਕਰਾਉਂਦੇ ਫਿਰਦੇ ਨੇ। ਇਹ ਕਾਹਦੇ ਹੁਕਮਰਾਨ ਨੇ? ਹੁਕਮਰਾਨ ਉਹ ਹੁੰਦਾ ਕਿ ਜਿਹੜਾ ਸਾਰਿਆਂ ਦੇ ਖਿਆਲ ਰੱਖੇ। ਇਹ ਸਿਰਫ ਆਪਣੇ ਬੱਚਿਆਂ ਦਾ ਖਿਆਲ ਰੱਖਦੇ ਨੇ। ਅਗਰ ਬੱਚੇ ਇਹਨਾਂ ਦੇ ਅਮੀਰ ਹੁੰਦੇ ਨੇ ਤਾਂ ਕਹਿੰਦੇ ਨੇ ਮੁਲਕ ਤਰੱਕੀ ਕਰ ਰਿਹਾ। ਅਗਰ ਇਹਨਾਂ ਦੇ ਬੱਚੇ ਖੁਸ਼ਹਾਲ ਹੁੰਦੇ ਨੇ ਤਾਂ ਕਹਿੰਦੇ ਜੀ ਮੁਲਕ ਤਰੱਕੀ ਕਰ ਰਿਹਾ, ਜਦਕਿ ਇਹ ਨਹੀਂ ਦੇਖਦੇ ਕਿ ਆਵਾਮ ਦਾ ਕੀ ਹਾਲ ਹੈ। ਇਹਨਾਂ ਦਾ ਹਾਲ ਜਾ ਕੇ ਅੱਲਾ ਹੀ ਪੁੱਛੇਗਾ। ਪਾਕਿਸਤਾਨ ਦੇ ਵਿੱਚ ਇਹਨਾਂ ਨੂੰ ਕੋਈ ਨਹੀਂ ਪੁੱਛ ਸਕਦਾ, ਨਾ ਕੋਈ ਕਾਨੂੰਨ ਹੈ, ਨਾ ਕੋਈ ਜ਼ਾਬਤਾ, ਕੁਛ ਨਹੀਂ ਹੈਗਾ। ਹਰ ਚੀਜ਼ ਇੱਕ ਪੈਸਾ, ਪੈਸਾ ਜਿੰਦਾ ਹੈਗਾ ਉਹਦਾ ਕਾਨੂੰਨ ਹੈ। ਮੀਆਂ ਸਾਹਿਬ 3 ਵਾਰੀ ਵਜ਼ੀਰ ਆਜ਼ਮ ਬਣੇ ਨੇ, 4ਥੀ ਵਾਰੀ ਫਿਰ ਬਣ ਜਾਣਗੇ। ਇੱਕ ਤਾਂ ਇੱਕ ਸਕਿੰਡ ਦਾ ਹਿਸਾਬ ਨਹੀਂ ਕਿਆਮਤ ਵੱਲ ਦੇ ਸਕਦੇ, ਅਤੇ 4ਥੀ ਦਫ਼ਾ ਵਜ਼ੀਰ ਆਜ਼ਮ ਬਣਨ ਲੱਗੇ ਨੇ। ਇਹਨਾਂ ਦਾ ਹਾਲ ਕੀ ਹੋਏਗਾ ਇਹ ਅੱਲਾ ਹੀ ਜਾਣਦਾ। ਜੀ ਨਾਜ਼ਰੀਨ, ਤੁਸੀਂ ਮੇਰਾ ਚੈਨਲ ਵੇਖਦੇ ਪਏ ਸੋ, ਮੁਖਤਲਿਫ ਕਿਸਮ ਦੇ ਬੰਦੇ ਮਿਲੇ ਨੇ। ਕਿਸੇ ਨੇ ਕਿਹਾ ਮਰੀਅਮ ਨਵਾਜ਼ ਗਈ ਹੈ ਤਾਂ ਅਸੀਂ ਕੀ ਕਰੀਏ, ਕਿਸੇ ਨੇ ਕਿਹਾ ਮਰੀਅਮ ਸਰਜਰੀ ਕਰਵਾਉਣ ਗਈ ਹੈ ਤਾਂ ਸਾਡੇ ਬੱਚੇ ਭੁੱਖੇ ਮਰਦੇ ਪਏ ਨੇ। ਹੁਣ ਤੁਸੀਂ ਆਪਣੀ ਰਾਏ ਮੈਨੂੰ ਦੇਣੀ, ਜੇ ਸਾਡਾ ਚੈਨਲ ਸਬਸਕ੍ਰਾਈਬ ਕਰੋ, ਅੰਗੂਠਾ ਲਾਓ, ਅੰਗੂਠੇ ਨਾਲ ਕੁਝ ਨਹੀਂ ਹੁੰਦਾ, ਇਸ ਨਹੀਂ ਕਰਕੇ ਲਾਓ ਇੰਜ। ਹੁਣ ਆਪਣੇ ਸ਼ਹੀਦ ਮਹਿਲੇ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।